मटका कुल्फी आ जाओ, मटका कुल्फी आ जाओ, खोया कुल्फी आ जाओ, मलाई कुल्फी आ जाओ। वड्डे दिल दे बंदे असी वड्डे साडे काम, खुशहाल रहंदे खुशियां वंडदे नाले करदे फिर दोबारा हो जावे सेम सॉन्ग करदे रहंदे फन। आजो साडे शो ते कर लो तुसी भी फन ते मस्ती, ट्रैवल मस्ती हां हां, ट्रैवल मस्ती, ट्रैवल मस्ती, ट्रैवल मस्ती, ट्रैवल मस्ती हां हां, ट्रैवल मस्ती, ट्रैवल मस्ती, ट्रैवल मस्ती। ले भी वीर हेलो भी ती, सत श्री अकाल भी ती, ते नमस्कार भी ती। अज मैं तुहानु घुमाउण दे लई ट्रैवल मस्ती दे सीजन 2 दे विच लैके आ गया वीरे, ओ शहर दे विच जिथे लोग ती ती बड़ा करदे ने, ते इक गल पक्की कहंदे ने वीरे साडा की कसूर, साडा जिला संगरूर। हाँ जी, भी तुहानु अज घुमाउण दे लैके आ गया पंजाब दा ओ शहर जिहनू कहंदे ने संगरूर, ते इत्थे दे लोग ती ती करके बड़ी गल करदे ने वीरे। कित्थे चलना ती, क्या करदा ती, अज एपीसोड दे एंड तक मैं ती वाली गुत्थी जरूर सुलझा के जानी है। ਮਤਲਬ ਜੇ ਤੁਸੀਂ ਸੰਗਰੂਰ ਘੁੰਮਣ ਆਏ ਹੋ ਤਾਂ ਇੱਥੇ ਦੀਆਂ ਘੈਂਟ ਜਗ੍ਹਾਵਾਂ ਵਿੱਚੋਂ ਇੱਕ ਜਗ੍ਹਾ ਹੈਗੀ ਹੈ ਜੀ ਬਨਾਸਰ ਬਾਗ। ਸੋਹਣੀਆਂ ਬਿਲਡਿੰਗਾਂ, ਵੱਡੇ ਗਾਰਡਨ, ਅਤੇ ਸੈਂਟਰ ਦੇ ਵਿੱਚ ਇੱਕ ਤਲਾਬ, ਇਸ ਜਗ੍ਹਾ ਨੂੰ ਚਾਰ ਚੰਨ ਲਾ ਦਿੰਦਾ ਹੈ। ਜਿਵੇਂ ਆਪਾਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕਦੀ ਭੂਆ ਦੇ, ਕਦੀ ਮਾਸੀ ਦੇ, ਕਦੀ ਤਾਈ ਦੇ ਜਾਂਦੇ ਹੁੰਦੇ ਸੀ, ਇੱਦੀ ਜੀਂਦ ਸਟੇਟ ਦੇ ਰਾਜੇ ਬਨਾਸਰ ਬਾਗ ਦੇ ਵਿੱਚ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਬਤੀਤ ਕਰਦੇ ਹੁੰਦੇ ਸੀ। ਸੰਨ 2005 ਦੇ ਵਿੱਚ ਇੱਕ ਲਿਸਟ ਬਣੀ ਸੀ ਜਿਹਦੇ ਵਿੱਚ ਇੰਡੀਆ ਦੇ ਅਮੀਰ ਬੰਦਿਆਂ ਦੀ ਲਿਸਟ ਸੀ, ਅਤੇ ਉਹਦੇ ਵਿੱਚ ਜਿਹੜਾ ਬੰਦਾ 16ਵੇਂ ਨੰਬਰ 'ਤੇ ਸੀ ਉਹ ਸੰਗਰੂਰ ਸ਼ਹਿਰ ਦਾ ਹੀ ਸੀ। ਭਲਾ ਕੌਣ? ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ ਸਾਹਿਬ। ਮੈਂ ਤਾਂ ਐਂ ਕਹਿਣ ਡਿਆ ਜਿਵੇਂ ਗੋਇਲ ਸਾਹਿਬ ਮੈਨੂੰ ਜਾਣਦੇ ਹੋਣ। ਚਲੋ ਕੋਈ ਨਹੀਂ, ਜਾਣ ਪਛਾਣ ਵੀ ਕੱਢ ਲਾਂਗੇ। ਇੱਥੇ ਸ਼ਹਿਰ ਦੇ ਲੋਕ ਅਮੀਰ ਤਾਂ ਬਾਹਲੇ ਨੇ ਪਰ ਦਿਮਾਗੀ ਕਿੰਨੇ ਕੁ ਨੇ, ਇਹ ਅੱਜ ਹੀ ਪਤਾ ਲੱਗ ਜਾਣਾ ਜਦੋਂ ਮੈਂ ਬਾਜ਼ਾਰਾਂ 'ਚ ਜਾ ਕੇ ਉਹਨਾਂ ਨੂੰ ਆਪਣੇ ਟੇਢੇ ਟੇਢੇ ਸਵਾਲ ਪੁੱਛੇ। ਚਲੀਏ ਫਿਰ, ਅਤੇ ਆਓ ਦੇਖਦੇ ਹਾਂ ਵੀ ਇੱਥੇ ਦੇ ਲੋਕਾਂ ਦੀ ਜਨਰਲ ਨੌਲੇਜ। ਆ ਜਾਓ ਮੇਰੇ ਨਾਲ। ਲੈ ਵੀ ਮੈਂ ਘੁੰਮਦਾ ਘੁੰਮਦਾ ਸੰਗਰੂਰ ਦੇ ਬਾਜ਼ਾਰ 'ਚ ਪਹੁੰਚ ਗਿਆ ਤੀ, ਅਤੇ ਦੇਖਦੇ ਹੁਣ ਮੇਰੇ ਸਵਾਲਾਂ ਦੇ ਜਵਾਬ ਲੋਕ ਦਿੰਦੇ ਤੀ ਕਿ ਨਹੀਂ ਦਿੰਦੇ ਤੀ, ਦੇਖੀਏ ਫਿਰ। ਆਜੋ ਮੇਰੇ ਨਾਲ। ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਜਾਪਾਨ 'ਚ ਪੈਦਾ ਹੁੰਦੀ ਆ ਅਤੇ ਦੁਨੀਆਂ 'ਚ ਕਿਤੇ ਨਹੀਂ ਪੈਦਾ ਹੋ ਸਕਦੀ? ਉਹ ਕਰੋਨਾ ਹੀ ਹੈ ਵੀਰੇ। ਕਰੋਨਾ 'ਤੇ ਪੂਰੀ ਦੁਨੀਆਂ 'ਚ ਬੁਰਾ ਹਾਲ ਹੋਇਆ ਪਿਆ, ਜਾਪਾਨ 'ਚ ਸਿਰਫ ਪੈਦਾ ਹੋ ਸਕਦੀ ਉਹ ਚੀਜ਼, ਦੁਨੀਆਂ 'ਚ ਹੋਰ ਕਿਤੇ ਨਹੀਂ ਹੋ ਸਕਦੀ। ਕੀ ਪਤਾ ਵੀਰੇ ਕਿਹੜੀ ਹੋਊਗੀ, ਕੋਈ ਗੱਲ ਨਹੀਂ, ਇਹ ਹੈਗੀ ਆ ਚੀਜ਼, ਇੱਕ ਦੱਸੂੰਗਾ ਮੈਂ, ਆਜੋ ਮੇਰੇ ਨਾਲ। ਅੱਛਾ ਮੈਨੂੰ ਇਹ ਦੱਸੋ, ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਆ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਆ? ਅੱਛਾ ਜੀ, ਨਿਗਾਹ ਜੀ। ਹਾਂਜੀ, ਨਿਗਾਹ। ਨਿਗਾਹ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਆ, ਨਿਗਾਹ। ਨਹੀਂ ਯਾਰ, ਜਵਾਬ ਇਹ ਹੈ ਨਿਗਾਹ, ਪਰ ਕਿਤੇ ਕਿਤੇ ਥੋੜ੍ਹਾ ਜਿਹਾ ਠੀਕ ਹੈਗਾ, ਪਰ ਮੈਂ ਦੱਸੂੰਗਾ ਸਹੀ ਜਵਾਬ ਕੀ ਆ ਪਰ ਐਪੀਸੋਡ ਦੇ ਐਂਡ 'ਚ। ਆਜੋ ਮੇਰੇ ਨਾਲ। ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਸਿਰਫ ਜਾਪਾਨ 'ਚ ਪੈਦਾ ਹੁੰਦੀ ਹੈ ਅਤੇ ਦੁਨੀਆਂ 'ਚ ਹੋਰ ਕਿਤੇ ਨਹੀਂ ਪੈਦਾ ਹੋ ਸਕਦੀ? ਇਸ ਬਾਰੇ ਤਾਂ ਆਪਾਂ ਨੂੰ ਕੋਈ ਜਾਣਕਾਰੀ ਨਹੀਂ। ਕੋਈ ਜਾਣਕਾਰੀ? ਤੁੱਕਾ ਹੀ ਲਾ ਦਿਓ ਕਿ ਤੁੱਕਾ ਕੀ ਲਗਾਈਏ ਉਹਨੇ। ਚਲੋ ਮੈਂ, ਮੈਨੂੰ ਲੱਗਦਾ ਔਖਾ ਸਵਾਲ ਪੁੱਛ ਲਿਆ। ਕੋਈ ਨਹੀਂ, ਸੌਖੇ ਸਵਾਲ ਵੀ ਲਿਆਉਂਦੇ ਹਾਂ। ਆ ਜਾਓ ਫਿਰ ਅੱਗੇ ਮੇਰੇ ਨਾਲ। ਚਲੋ ਵੀਰੇ, ਇੱਕ ਛੋਟਾ ਸਵਾਲ ਪੁੱਛਣਾ, ਦੇਖਦੇ ਤੁਹਾਨੂੰ ਆਉਂਦਾ ਕਿ ਨਹੀਂ। ਵੇ ਇਹੋ ਜਿਹੀ ਕਿਹੜੀ ਡਰੈਸ ਹੈ ਜਿਹੜੀ ਆਪਾਂ ਪਾ ਨਹੀਂ ਸਕਦੇ? ਇਹ ਜੀ ਕਿਹੜੀ ਡਰੈਸ ਆ? ਬਈ ਵਨ ਪੀਸ ਹੀ ਹੋ ਸਕਦਾ ਜਿਹੜਾ ਆਪਾਂ ਪਾ ਨਹੀਂ ਸਕਦੇ। ਵਨ ਪੀਸ ਤੇ ਪਾਉਂਦੀਆਂ ਨੇ ਕੁੜੀਆਂ, ਮਤਲਬ ਉਹ ਕੁੜੀਆਂ ਪਾਉਂਦੇ ਆ, ਮੁੰਡੇ ਨਹੀਂ ਨਾ ਪਾ ਸਕਦੇ। ਲੈ ਜੇ ਕੋਈ ਸ਼ੌਕੀਨ ਹੁੰਦੇ ਕਿ ਪਾਉਣ ਵਾਲੇ, ਕਈ ਮੁੰਡੇ ਵੀ ਪਾ ਲੈਂਦੇ ਵਨ ਪੀਸ। ਚਲੋ ਕੋਈ ਗੱਲ ਨਹੀਂ, ਮੈਂ ਦੱਸੂਗਾ ਕੀ ਹੈ। ਚਲੋ ਆ ਜਾਓ ਅੱਗੇ, ਬਾਕੀਆਂ ਨੂੰ ਪੁੱਛਦੇ ਹਾਂ। ਹੋਰ ਇੱਕ ਮਿੰਟ ਖਲੋ ਜਾਓ, ਇੱਕ ਛੋਟਾ ਜਿਹਾ ਸਵਾਲ ਪੁੱਛਣਾ ਤੁਹਾਡੇ ਤੋਂ, ਫਿਰ ਚਲ ਜਾਓ ਜਿੱਥੇ ਕੰਮ 'ਤੇ ਜਾਣਾ। ਅੱਛਾ ਇਹ ਦੱਸੋ, ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਸੋਨੇ ਦੀ ਆ ਪਰ ਸੋਨੇ ਤੋਂ ਸਸਤੀ ਆ? ਇਹ ਜੀ ਕਿਹੜੀ ਚੀਜ਼ ਹੈ ਹੁਣ ਇੰਨਾ ਤਾਂ ਪਤਾ ਨਹੀਂ ਗਈ ਮਾਲੂਮ। ਹਾਂਜੀ, ਸੋਨਾ ਸਸਤੀ ਕਿਹੜੀ ਹੈ? ਸੋਨਾ ਹੀ ਮਹਿੰਗਾ ਜ਼ਿਆਦਾ। ਨਹੀਂ ਸੋਨਾ ਤਾਂ ਮਹਿੰਗਾ ਹੈ, ਪਰ ਇੱਕ ਚੀਜ਼ ਹੈਗੀ ਆ ਜਿਹੜੀ ਸੋਨੇ ਦੀ ਆ ਪਰ ਸੋਨੇ ਤੋਂ ਸਸਤੀ ਹੈ। ਸੋਨੇ ਸਸਤੀ ਨਹੀਂ ਕੋਈ ਹੈਗੀ ਹੈ, ਕੋਈ ਮੈਂ ਤਾਂ ਦੇਖਿਆ ਨਹੀਂ ਸੋਨੇ ਜ਼ਿਆਦਾ। ਇੱਕ ਪਿੱਛੇ ਅੰਕਲ ਜੀ ਹੈਗੇ, ਇਹਨਾਂ ਨੂੰ ਪੁੱਛਦੇ, ਮੈਨੂੰ ਲੱਗਦਾ ਇਹਨਾਂ ਨੂੰ ਸਵਾਲ ਆਉਂਦਾ ਹੋਣਾ। ਸਵਾਲ ਅੰਕਲ ਜੀ ਇਹ ਹੈ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸਿਰਫ ਜਾਪਾਨ 'ਚ ਪੈਦਾ ਹੁੰਦੀ ਹੈ, ਦੁਨੀਆਂ 'ਚ ਹੋਰ ਕਿਤੇ ਨਹੀਂ ਪੈਦਾ ਹੋ ਸਕਦੀ? ਅੱਛਾ, ਇਹ ਕੀ ਚੀਜ਼ ਹੋ ਗਈ ਸੋਨਾ ਹੈ? ਨਹੀਂ ਇਹੀ ਤਾਂ ਮੈਂ ਤੁਹਾਨੂੰ ਪੁੱਛਣਾ ਕੀ ਹੈ, ਤੁਸੀਂ ਦੱਸੋ ਫਿਰ। ਲੈ ਕੋਈ ਨਹੀਂ ਅੰਕਲ ਜੀ, ਮੈਂ ਦੱਸੂੰਗਾ, ਆ ਜਾਓ ਮੇਰੇ ਨਾਲ। ਇੱਕ ਛੋਟਾ ਜਿਹਾ ਸਵਾਲ ਪੁੱਛਣਾ, ਉਸ ਤੋਂ ਬਾਅਦ ਫਿਰ ਤੁਸੀਂ ਘਰ ਨੂੰ ਚਲੇ ਜਾਇਓ। ਸਵਾਲ ਇਹ ਹੈ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸਿਰਫ ਜਾਪਾਨ 'ਚ ਪੈਦਾ ਹੁੰਦੀ ਆ, ਦੁਨੀਆਂ 'ਚ ਹੋਰ ਕਿਤੇ ਨਹੀਂ ਪੈਦਾ ਹੁੰਦੀ? ਜਾਪਾਨ 'ਚ ਪੈਦਾ ਹੁੰਦੀ ਆ ਜੀ? ਹਾਂਜੀ, ਸੁਨਾਮੀ ਹੈ ਜੀ। ਸੁਨਾਮੀ? ਨਹੀਂ ਨਹੀਂ, ਸੁਨਾਮੀ ਤਾਂ ਅਮਰੀਕਾ 'ਚ ਵੀ ਆਉਂਦੀ ਆ, ਸੁਨਾਮੀ ਤਾਂ ਸ਼੍ਰੀਲੰਕਾ 'ਚ ਵੀ ਆ ਗਈ ਸੀ। ਜਿਹੜਾ ਸ਼ਬਦ ਹੈ ਜਾਪਾਨ ਨੇ ਪੈਦਾ ਕੀਤਾ ਜੀ? ਨਹੀਂ, ਸ਼ਬਦ ਜਾਪਾਨ ਨੇ ਪੈਦਾ ਕੀਤਾ, ਪਰ ਇੱਕ ਚੀਜ਼ ਇਹੋ ਜਿਹੀ ਜਿਹੜੀ ਸਿਰਫ ਜਾਪਾਨ 'ਚ ਪੈਦਾ ਹੁੰਦੀ, ਦੁਨੀਆਂ 'ਚ ਕਿਤੇ ਨਹੀਂ ਪੈਦਾ ਹੁੰਦੀ? ਉਹ ਮੈਂ ਦੱਸਾਂਗਾ ਐਪੀਸੋਡ ਦੇ ਐਂਡ ਦੇ ਵਿੱਚ, ਤੁਸੀਂ ਕਰਨਾ ਕੁਝ ਨਹੀਂ ਹੈ।
टीवी ते जाके साडा शो देखना ट्रैवल मस्ती ते नाले तुसी जिहड़े बाकी मेरे यार दोस्त आ टीवी ते देख रहे ने तुसी सानू सबसक्राइब भी कर लो चढ़दी कला टाइम टीवी प्राइम नू यूट्यूब ते जाके ते फेसबुक ते जाके ते नाले इंस्टाग्राम ते जाके ठीक है जी आ जाओ जी फिर मेरे नाल वे इहो जी केड़ी ड्रेस आ जिहड़ी आपां कदी पा नहीं सकदे ਇਹਦੇ ਬਾਰੇ ਤਾਂ ਹੁਣ ਇੰਨੀ ਛੇਤੀ ਨਹੀਂ ਜਵਾਬ ਦਿੱਤਾ ਜਾਣਾ ਹੈਗਾ ਨਹੀਂ ਮਤਲਬ ਥੋੜ੍ਹੇ ਦਿਮਾਗ ਦੇ ਪਾਓ ਜ਼ੋਰ ਬੜਾ ਸੌਖਾ ਸਵਾਲ ਹੈ ਨਹੀਂ ਪਤਾ ਚਲੋ ਪਿੱਛੇ ਬਾਈ ਉਹਨਾਂ ਨੂੰ ਇੱਕ ਸਵਾਲ ਪੁੱਛ ਲੈਂਦੇ ਹਾਂ ਫਿਰ ਬਾਈ ਜੀ ਇਹ ਦੱਸੋ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸੋਨੇ ਦੀ ਆ ਪਰ ਸੋਨੇ ਤੋਂ ਸਸਤੀ ਹੈ ਦੇਖਿਆ ਬਾਤ ਤੱਕ ਨਹੀਂ ਚੱਕਰਾਂ 'ਚ ਚੱਲ ਕੋਈ ਨਹੀਂ ਮੈਂ ਦੱਸਦਾ ਥੋੜ੍ਹੇ ਟਾਈਮ ਤੱਕ ਆ ਜਾਓ ਮੇਰੇ ਨਾਲ ਵਾਕ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਜਾਪਾਨ 'ਚ ਪੈਦਾ ਹੁੰਦੀ ਆ ਅਤੇ ਦੁਨੀਆ 'ਚ ਹੋਰ ਕਿਤੇ ਨਹੀਂ ਪੈਦਾ ਹੁੰਦੀ ਜਾਪਾਨ 'ਚ ਪੈਦਾ ਹੁੰਦੀ ਹੈ ਜੀ ਹਾਂਜੀ ਹੋਰ ਦੁਨੀਆ 'ਚ ਕਿਤੇ ਨਹੀਂ ਪੈਦਾ ਹੁੰਦੀ ਸਰ ਇਹ ਤਾਂ ਪਤਾ ਨਹੀਂ ਕਿਹੜੀ ਚੀਜ਼ ਹੈ ਜੀ ਤਾਂ ਚੱਲ ਕੋਈ ਨਹੀਂ ਯਾਰ ਮੈਨੂੰ ਲੱਗਦਾ ਅੱਜ ਮੈਂ ਸੰਗਰੂਰ 'ਚ ਨਾ ਸਵਾਲ ਥੋੜ੍ਹੇ ਜਿਹਾ ਔਖੇ ਲੈ ਆਇਆ ਪਰ ਚੱਲ ਕੋਈ ਗੱਲ ਨਹੀਂ ਪੁੱਛਦੇ ਹਾਂ ਕਿ ਕਿਸੇ ਨਾ ਕਿਸੇ ਨੂੰ ਤਾਂ ਪਤਾ ਹੀ ਹੋਣਾ ਆ ਜਾਓ ਮੇਰੇ ਨਾਲ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਸੋਨੇ ਲਈ ਆ ਪਰ ਸੋਨੇ ਤੋਂ ਸਸਤੀ ਆ ਸੋਨੇ ਤੋਂ ਸਸਤਾ ਕੁਝ ਵੀ ਨਹੀਂ 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 ਸੋਨੇ ਤੋਂ ਸਸਤਾ ਬਹੁਤ ਕੁਝ ਹੈ ਚਾਂਦੀ ਸੋਨੇ ਤੋਂ ਸਸਤੀ ਹੈ ਚਾਂਦੀ ਹੈਗੀ ਹੈ ਪਰ ਲੈਂਦਾ ਤਾਂ ਉਹ ਵੀ ਨਹੀਂ ਲੋਕਾਂ ਦੀ ਤਾਂ ਪੈਸੇ ਨਹੀਂ ਹੈਗੇ ਲੋਕਾਂ ਲਵੇ ਪੈਸੇ ਹੈ ਨਹੀਂ ਕਹਿੰਦੇ ਨਹੀਂ ਪੈਸੇ ਬਥੇਰੇ ਆ ਲੋਕਾਂ ਕੋਲ ਬਸ ਹੁਣ ਕਰੋਨੇ ਤੋਂ ਡਰਦੇ ਨੇ ਜੇਬ 'ਚ ਪਾ ਕੇ ਰੱਖਿਓ ਆ ਬਚਾ ਕੇ ਰੱਖਿਓ ਆ ਚਲੋ ਕੋਈ ਗੱਲ ਨਹੀਂ ਜਵਾਬ ਆਇਆ ਇੱਧਰ ਨਾਲ ਭਾਜੀ ਖੜੇ ਆ ਇਹ ਬੜਾ ਹੱਸ ਰਹੇ ਨੇ ਮੈਨੂੰ ਲੱਗਦਾ ਇਹਨਾਂ ਨੂੰ ਜਵਾਬ ਪਤਾ ਹੋਣਾ ਭਾਜੀ ਦੱਸੋ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸਿਰਫ ਜਾਪਾਨ 'ਚ ਪੈਦਾ ਹੁੰਦੀ ਆ ਦੁਨੀਆ 'ਚ ਹੋਰ ਕਿਤੇ ਨਹੀਂ ਪੈਦਾ ਹੁੰਦੀ ਭਾਜੀ ਆਪਾਂ ਦਾ ਪਤਾ ਨਹੀਂ ਹੈਗਾ ਜੀ ਉਹ ਨਹੀਂ ਯਾਰ ਆਪਾਂ ਨੂੰ ਤਾਂ ਭਾਜੀ ਪਤਾ ਲੱਗਣਾ ਚਾਹੀਦਾ ਯਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਹੋਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਭਾਈ ਅੱਛਾ ਇਹ ਦੱਸੋ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਸੋਨੇ ਲਈ ਆ ਪਰ ਸੋਨੇ ਤੋਂ ਸਸਤੀ ਆ ਬੇਟਾ ਹੁਣ ਤਾਂ ਦੱਸਿਓ ਨਾ ਵੀ ਪੂਰਾ ਮਹਿੰਗਾ ਜਾ ਕੋਈ ਸਸਤੀ ਹੁਣ ਤਾਂ ਲੱਗਦੀ ਨਹੀਂ ਕੋਈ ਵੀ ਨਹੀਂ ਨਹੀਂ ਇੱਕ ਚੀਜ਼ ਆਂਟੀ ਹੈਗੀ ਆ ਜਿਹੜੀ ਸੋਨੇ ਲਈ ਆ ਪਰ ਸੋਨੇ ਤੋਂ ਬਹੁਤ ਸਸਤੀ ਆ ਉਹ ਪਤਾ ਕਿਹੜੀ ਹੈ ਹਾਂ ਹੱਲੇ ਥੋੜੀ ਮੈਂ ਦੱਸਣਾ ਮੈਂ ਐਪੀਸੋਡ ਦੇ ਐਂਡ 'ਚ ਦੱਸੂਗਾ ਹੁਣੇ ਦੱਸਦਾ ਤਾਂ ਮੇਰਾ ਤਾਂ ਜਵਾਬ ਲੋਕਾਂ ਨੂੰ ਪਤਾ ਲੱਗ ਜਾਣਾ ਇਹੋ ਜਿਹੀ ਕਿਹੜੀ ਚੀਜ਼ ਆ ਮਤਲਬ ਜਿਹੜੀ ਸੋਨੇ ਲਈ ਆ ਪਰ ਸੋਨੇ ਤੋਂ ਬਹੁਤ ਸਸਤੀ ਆ ਸੋਨੇ ਲਈ ਆ ਸੋਨੇ ਦੇ ਸਾਥ ਕੇ ਪਤਾ ਨਹੀਂ ਬਾਈ ਹਾਂ ਯਾਰ ਲਾਲਾ ਕੋਈ ਜਗਾੜ ਤੇ ਲਾ ਕੋਈ ਬੰਦਾ ਬਹਾਨਾ ਹੀ ਲਾ ਲੈਂਦਾ ਕੋਈ ਤੁੱਕਾ ਹੀ ਲਾ ਲੈਂਦਾ ਕੋਈ ਪਤਾ ਹੀ ਹੁੰਦੀ ਆ ਗੱਲ ਪੈਟਰੋਲ ਸੋਨੇ ਲਈ ਤੇ ਸੋਨੇ ਤੋਂ ਸਸਤਾ ਯਾਰ ਗੱਲ ਮੈਨੂੰ ਸਮਝ ਨਹੀਂ ਆਈ ਚਲੋ ਕੋਈ ਗੱਲ ਨਹੀਂ ਤੁਸੀਂ ਕਰਨਾ ਕੀ ਹੈ ਯੂਟਿਊਬ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਤੇ ਸਾਡਾ ਚੜ੍ਹਦੀ ਕਲਾ ਟਾਈਮ ਟੀਵੀ ਪ੍ਰਾਈਮ ਨੂੰ ਸਬਸਕ੍ਰਾਈਬ ਕਰੋ ਸਾਡਾ ਸ਼ੋਅ ਦੇਖੋ ਟ੍ਰੈਵਲ ਮਸਤੀ ਜਵਾਬ ਤੁਹਾਨੂੰ ਆਪੇ ਪਤਾ ਲੱਗ ਜਾਣਾ ਠੀਕ ਹੈ ਜੀ ਕਰੋ ਫਿਰ ਇੰਜੋਏ ਕਿ ਇਹੋ ਜੀ ਕਿਹੜੀ ਡਰੈਸ ਹੈ ਜਿਹੜੀ ਆਪਾਂ ਕਦੀ ਪਾ ਨਹੀਂ ਸਕਦੇ ਇਹੋ ਜੀ ਕਿਹੜੀ ਡਰੈਸ ਹੈ ਜਿਹੜੀ ਕਦੇ ਪਾ ਨਹੀਂ ਸਕਦੇ ਹੈ ਕਫਨ ਕਪੜ ਲੈ ਇਹ ਤਾਂ ਹਰੇਕ ਦੇ ਪੈਂਦਾ ਦੂਜੇ ਪਾਉਂਦੇ ਨੇ ਆਪ ਨਹੀਂ ਨਾ ਪਾ ਸਕਦੇ ਨਹੀਂ ਆਪ ਨਹੀਂ ਪਾ ਸਕਦੇ ਉਹ ਕੋਈ ਵੀ ਨਹੀਂ ਸਾਡੇ ਤੇ ਪਾ ਸਕਦਾ ਇਹੋ ਜੀ ਡਰੈਸ ਹੈ ਯਾਰ ਸੌਰੀ ਵੀਰੇ ਇਹ ਔਖਾ ਪੁੱਛ ਲਿਆ ਮੈਂ ਸਵਾਲ ਪਰ ਗੱਲ ਇਹਨਾਂ ਨੇ ਸਿਰੇ ਦੀ ਕਹਿਤੀ ਸੀ ਵੀ ਕਫਨ ਹੈ ਬੰਦਾ ਪਾ ਸਕਦਾ ਠੀਕ ਹੈ ਚਲੋ ਕੋਈ ਗੱਲ ਨਹੀਂ ਪਰ ਮੈਂ ਦੱਸਾਂਗਾ ਕੀ ਹੈ ਇਹਦਾ ਜਵਾਬ ਪਰ ਐਪੀਸੋਡ ਦੇ ਐਂਡ ਦੇ ਵਿੱਚ ਆ ਜਾਓ ਮੇਰੇ ਨਾਲ ਅੱਛਾ ਸਵਾਲ ਇਹ ਹੈ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸੋਨੇ ਲਈ ਆ ਪਰ ਸੋਨੇ ਤੋਂ ਬਹੁਤ ਸਸਤੀ ਆ ਪਤਾ ਨਹੀਂ ਬਾਈ ਜੀ ਨਹੀਂ ਪਤਾ ਨਾ ਇਹੋ ਜਿਹੀ ਕਿਹੜੀ ਡਰੈਸ ਹੈ ਜਿਹੜੀ ਅਸੀਂ ਕਦੀ ਪਾ ਨਹੀਂ ਸਕਦੇ ਆਈ ਡੋਨਟ ਨੋ ਲੈ ਵੀ ਮੈਨੂੰ ਲੱਗਦਾ ਮੈਂ ਔਖਾ ਸਵਾਲ ਪੁੱਛ ਲਿਆ ਕੋਈ ਨਹੀਂ ਮੈਂ ਐਪੀਸੋਡ ਦੇ ਐਂਡ 'ਚ ਦੱਸਾਂਗਾ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਹੈ ਪਰ ਉਹ ਕਾਗਜ਼ ਨਹੀਂ ਹੈਗਾ ਨਾ ਪੈੱਨ ਹੈ ਪਤਾ ਲਾਓ ਥੋੜ੍ਹਾ ਜਿਹਾ ਜ਼ੋਰ ਪਤਾ ਹੋਵੇ ਸ਼ਾਇਦ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਹੈ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਹੈ ਨਹੀਂ ਸਰ ਵਾਲਿਆ ਨਹੀਂ ਚੱਕਰਾਂ 'ਚ ਕੋਈ ਗੱਲ ਨਹੀਂ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਸੋਨੇ ਲਈ ਆ ਪਰ ਸੋਨੇ ਤੋਂ ਬਹੁਤ ਸਸਤੀ ਆ ਜ਼ਿੰਦਗੀ ਸੋਨੇ ਲਈ ਆ ਪਰ ਸੋਨੇ ਤੋਂ ਸਸਤੀ ਆ ਜ਼ਿੰਦਗੀ ਨਹੀਂ ਜ਼ਿੰਦਗੀ ਤਾਂ ਬਹੁਤ ਮਹਿੰਗੀ ਹੈ ਜੀ ਇਹ ਤਾਂ ਮਤਲਬ ਅਨਮੁੱਲੀ ਹੈ ਇਹ ਉਹ ਹੋਰ ਚੀਜ਼ ਹੈ ਥੋੜ੍ਹਾ ਦਿਮਾਗ 'ਤੇ ਜ਼ੋਰ ਪਾਓ ਅੱਛਾ ਬਹੁਤ ਸਸਤੀ ਹੈ ਸੋਨੇ ਲਈ ਆ ਪਰ ਸੋਨੇ ਤੋਂ ਸਸਤੀ ਹੈ ਟਾਈਮ ਟਾਈਮ ਨਹੀਂ 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 ਟਾਈਮ ਵੀ ਬਹੁਤ ਮਹਿੰਗਾ ਹੈ ਚਲੋ ਕੋਈ ਨਹੀਂ ਅੱਗੇ ਪੁੱਛ ਲੈਂਦੇ ਹਾਂ ਇੱਧਰ ਆ ਜਾਓ ਮੇਰੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਆ ਇੱਕ ਮਿੰਟ ਆ ਜਾਓ ਇਹ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਲਿਖਣ ਅਤੇ ਪੜ੍ਹਨ ਲਈ ਯੂਜ਼ ਹੁੰਦੀ ਹੈ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਹੈ ਦਿਮਾਗ ਹੀ ਹੁੰਦਾ ਆਪਦਾ ਦਿਮਾਗ 'ਚ ਕੁਛ ਮਰਜ਼ੀ ਕਰ ਲਓ ਲਿਖਣ ਅਤੇ ਪੜ੍ਹਨ ਦੀ ਲੋੜ ਹੀ ਨਹੀਂ ਹੈਗੀ ਨਹੀਂ 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 ਇਹੋ ਜਿਹੀ ਇੱਕ ਚੀਜ਼ ਹੈਗੀ ਹੈ ਜਿਹੜੀ ਸਿਰਫ ਲਿਖਣ ਅਤੇ ਪੜ੍ਹਨ ਲਈ ਯੂਜ਼ ਹੁੰਦੀ ਹੈ ਪਰ ਉਹ ਕਾਗਜ਼ 'ਚ ਪੈੱਨ ਨਹੀਂ ਹੈਗਾ ਥੋੜ੍ਹਾ ਲਾਓ ਜ਼ੋਰ ਕੀ ਪਤਾ ਹੋਵੇ ਮੈਂ ਹਿੰਟ ਵੀ ਦੇ ਦਿੱਤਾ ਸੀ ਪਰ ਫਿਰ ਵੀ ਆਂਟੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਚਲੋ ਕੋਈ ਨੀ ਸ਼ਾਇਦ ਕਿਸੇ ਨੂੰ ਪਤਾ ਹੋਵੇ ਆ ਜਾਓ
हां जी की हाल चाल ने वीरे बढ़िया जी बढ़िया जी और सेहता कैम ने इंज बढ़िया जी ले भी मैं हिसाब जे नाल आ गया जुत्तियां वाली दुकान ते देखदे हुण इन्हां नूं सवाल दा जवाब आउंदा कि नहीं जे तां इन्हां ने सवाल दा जवाब देता फिर तो असं अपने चैनल वालों इन्हों गिफ्ट दे देना नहीं तो मैं दो जोड़े जुत्तियां दे तां ले ही जाने फ्री दे विच ठीक है जी चलो ठीक है अच्छा भाजी ये दसो कि इहो जी कि चीज़ है जिहड़ी लिखण ते पढ़न दे काम आउंदी आ पर उह कागज़ ते पेन नहीं हैगा लिखण ते पढ़न ते पता नहीं जी एक जोड़ा तो जुत्तियां का पक्का हो गया हूँ दूजा भी पक्का करते हैं आ जाओ इधर होर की हाल चाल ने भाजी बहुत वधिया जी लो जी हुण तुहाडे हाथ है कि मैनू एको ही जोड़ा जुत्तियां का देके तोड़ना कि दोनों ही मेरे हाथ पाने ने सारी थोड़ी ने जी थोड़े लिए बैठे हैं सीधा जी क्या बात है ये कह के दिल जित लिया चलो कोई नहीं मैं सवाल भी पुछदा देखते हैं सवाल पुछ के साडा गिफ्ट टैंपर जित पाउंदे आ कि नहीं भाजी सवाल यह है कि इहो जी कि चीज़ है जिहड़ी सोने लई है पर सोने तो सस्ती है एक बार दोबारा माड़ा जिहा दोबारा बोलो जी लो जी दोबारा पूछ लें भी यह जी कि चीज़ है जी सोने लई है पर सोने तो बिल्कुल सस्ती है नहीं पता जी नहीं पता लो भाजी सत्त नंबर दे विच दो जुत्तियां कर दिओ जरा पैक इदा करो तुम फिर एक निका जिहा ब्रेक लै लो मैं सत्त नंबर वाली जुत्तियां कढ़ालवा जरा ठीक है जी लो एक निका जिहा ब्रेक तो मिलते हैं ब्रेक तो बाद ट्रैवल मस्ती सीजन टू के आ जाओ भाजी आप जुत्तियां देखिए जाते ਕੀ ਤੁਸੀਂ ਜਾਣਨਾ ਚਾਹੁੰਦੇ ਹੋ ਆਪਣੇ ਮਨਪਸੰਦ ਸਿਤਾਰਿਆਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਸਿੰਗਰਸ ਐਕਟਰਸ ਦੇ ਆਪਣੇ ਫੇਵਰੇਟ ਆਰਟਿਸਟ ਦੀਆਂ ਇੰਟਰਸਟਿੰਗ ਕਹਾਣੀਆਂ ਨੂੰ ਤਾਂ ਦੇਖੋ ਸਾਡਾ ਸਪੈਸ਼ਲ ਪ੍ਰੋਗਰਾਮ ਜੀ ਆਇਆਂ ਨੂੰ ਹਰ ਸ਼ੁੱਕਰਵਾਰ ਦੁਪਹਿਰ 2:30 ਵਜੇ ਤੇ ਰਿਪੀਟ ਟੈਲੀਕਾਸਟ ਹਰ ਸੋਮਵਾਰ ਦੁਪਹਿਰ 2:30 ਵਜੇ ਓਨਲੀ ਔਨ ਚੜ੍ਹਦੀ ਕਲਾ ਟਾਈਮ ਟੀਵੀ ਜੀ ਆਇਆਂ ਲੈ ਭਾਈ ਬ੍ਰੇਕ ਤੋਂ ਬਾਅਦ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਫੇਰ ਸਵਾਗਤ ਹੀ ਆ ਸੰਗਰੂਰ ਦੇ ਰੰਗ 'ਚ ਮੈਂ ਪੂਰੀ ਤਰ੍ਹਾਂ ਰੰਗ ਗਿਆ ਤੀ ਹੈ ਆ ਮਨੋਜ ਫੁੱਟਵੇਅਰ ਵਾਲਿਆਂ ਨੇ ਵੈਸੇ ਨਜ਼ਾਰੇ ਹੀ ਬੰਨਤੇ ਦੋ ਜੋੜੇ ਮੈਨੂੰ ਫ੍ਰੀ ਦੇ ਵਿੱਚ ਹੀ ਦੇ ਦਿੱਤੇ ਆਪਣੀ ਤਾਂ ਹੋ ਗਈ ਭਰਾ ਦੇ ਵਿਆਹ ਦੀ ਸ਼ੋਪਿੰਗ ਹੈ ਤੁਸੀਂ ਵੀ ਕਦੀ ਵੀ ਸੰਗਰੂਰ ਆਉਣਾ ਅਤੇ ਬਾਜ਼ਾਰ ਦੇ ਵਿੱਚ ਮਨੋਜ ਫੁੱਟਵੇਅਰ 'ਤੇ ਬ੍ਰੇਕ ਜ਼ਰੂਰ ਲਾ ਕੇ ਜਾਣੀ ਆ ਵਾਲੀਆਂ ਘੈਂਟ ਜੁੱਤੀਆਂ ਪਵਾਉਂਦੇ ਨੇ ਪੈਰਾਂ 'ਚ ਹੋਰ ਨਾ ਕਿਤੇ ਸਮਝ ਲਿਓ ਆ ਜਾਓ ਵੀ ਮੇਰੇ ਨਾਲ ਲੈ ਵੀ ਆ ਜਾਓ ਜਰਾ ਦੇਖੀਏ ਫਿਰ ਆਪਣੇ ਸਵਾਲਾਂ ਦੇ ਜਵਾਬ ਇੱਧਰ ਦੁਕਾਨ 'ਚ ਮੈਨੂੰ ਲੱਗਦਾ ਮਿਲ ਜਾਣਗੇ ਆ ਜਾਓ ਆਪਾਂ ਜ਼ਰਾ ਇੱਕ ਇਹਨਾਂ ਨੂੰ ਸਵਾਲ ਪੁੱਛਦੇ ਹਾਂ ਸੌਖਾ ਜਿਹਾ ਹੋਰ ਸੁਣਾਓ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਪਿੱਛੇ ਜਿਹੜੀ ਜੁਐਲਰੀ ਲੱਗੀ ਸੋਨੇ ਦੀ ਆ ਕਿ ਆਰਟੀਫਿਸ਼ਲ ਇਹ ਸਰ ਆਰਟੀਫਿਸ਼ਲ ਹੈ ਪਰ ਲੱਗਦੀ ਸੋਨੇ ਵਰਗੀ ਹੀ ਹੈ ਲੱਗਦੀ ਸੋਨੇ ਵਰਗੀ ਆ ਤੇ ਫਿਰ ਮੈਨੂੰ ਸਵਾਲ ਦਾ ਜਵਾਬ ਦਿਓ ਇਹ ਜੀ ਕਿਹੜੀ ਚੀਜ਼ ਆ ਜਿਹੜੀ ਸੋਨੇ ਲਈ ਆ ਪਰ ਸੋਨੇ ਤੋਂ ਬੜੀ ਸਸਤੀ ਆ ਇਹ ਜੀ ਕਿਹੜੀ ਚੀਜ਼ ਹੈ ਜਿਹੜੀ ਸੋਨੇ 'ਤੇ ਹੈ ਪਰ ਸੋਨੇ ਤੋਂ ਬਹੁਤ ਸਸਤੀ ਹੈ ਬਹੁਤ ਸਸਤੀ ਹੈ ਸੋਨਾ ਨੀਂਦ ਨੀਂਦ ਸੋਨਾ ਨਹੀਂ ਇਹ ਤਾਂ ਗੱਲ ਮਤਲਬ ਬਣੀ ਜੀ ਨਹੀਂ ਇਹ ਲਾਓ ਥੋੜ੍ਹੇ ਦਿਮਾਗ ਸ਼ਾਇਦ ਪਤਾ ਲੱਗ ਜੇ ਸੋਨੇ ਦਾ ਤੁਸੀਂ ਕਰਦੇ ਹੋ ਕੰਮ ਆਰਟੀਫਿਸ਼ਲ ਸੋਨੇ ਦਾ ਪਰ ਤੁਹਾਨੂੰ ਸਵਾਲ ਹੋ ਜਾਣਾ ਸਾਡੀ ਚੀਜ਼ ਕਹਿੰਦੇ ਸੋਨੇ ਸੇ ਕੰਮ ਨਹੀਂ ਖੋ ਜਾਏ ਤਾਂ ਗਮ ਨਹੀਂ ਸਾਡੀ ਤਾਂ ਉਹ ਚੀਜ਼ ਹੈ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਨੇ ਵਧੀਆ ਜੀ ਆ ਇੱਕ ਮਿੰਟ ਖਲੋ ਜਾਓ ਲੈ ਵੀ ਸੰਗਰੂਰ ਦੇ ਵਿੱਚ ਚਿੱਟੇ ਕੋਟ ਦੇ ਪਜਾਮੇ ਪਾ ਕੇ ਬਾਈ ਮਤਲਬ ਪੂਰੇ ਬਾਜ਼ਾਰ ਦੀ ਸ਼ਾਨ ਵਧਾ ਰਹੇ ਨੇ ਕੀ ਮਤਲਬ ਸ਼ੋਪਿੰਗਾਂ ਕਰ ਲਈਆਂ ਕਿ ਕਰਨੀਆਂ ਨੇ ਸ਼ੋਪਿੰਗ ਕਰੀਆਂ ਨੇ ਬਸ ਚੱਲੀ ਜਾਂਦੀਆਂ ਜੀ ਕਰੀ ਜਾਂਦੇ ਹੋ ਅੱਛਾ ਚੱਲ ਮੈਂ ਸਵਾਲ ਭਾਜੀ ਪੁੱਛਣਾ ਇੱਕ ਛੋਟਾ ਜਿਹਾ ਕੁੜਤਾ ਪਜਾਮਾ ਪੰਜਾਬੀਆਂ ਦੀ ਡਰੈਸ ਹੈ ਪਰ ਇੱਕ ਇਹੋ ਜਿਹੀ ਕਿਹੜੀ ਡਰੈਸ ਹੈ ਜਿਹੜੀ ਆਪਾਂ ਕਦੇ ਪਾ ਨਹੀਂ ਸਕਦੇ ਜਿਹੜੀ ਕਦੇ ਪਾ ਨਹੀਂ ਸਕਦੇ ਹਾਂ ਬਿਲਕੁਲ ਹੁਣ ਇਹ ਜੀ ਕਿਹੜੀ ਜਿਹੀ ਡਰੈਸ ਬਣੀ ਆ ਉਹ ਤਾਂ ਪਾਉਣੀ ਤਾਂ ਹੋਊਗੀ ਜੀ ਨਹੀਂ ਪਾਉਣੀ ਤਾਂ ਹੈਗੀ ਆ ਪਰ ਇੱਕ ਡਰੈਸ ਹੈਗੀ ਜਿਹੜੀ ਆਪਾਂ ਕਦੀ ਨਹੀਂ ਪਾ ਸਕਦੇ ਨਹੀਂ ਨਹੀਂ ਪਤਾ ਚੱਲ ਕੋਈ ਗੱਲ ਨਹੀਂ ਆਪਾਂ ਦੱਸ ਦਾਂਗੇ ਪਰ ਤੁਸੀਂ ਕਰੋ ਸ਼ੋਪਿੰਗ ਆਪਣੀ ਕੰਟੀਨਿਊ ਮੈਂ ਦੱਸਦਾ ਥੋੜ੍ਹੇ ਜਿਹਾ ਟਾਈਮ ਤੱਕ ਤੁਹਾਨੂੰ ਬਾਜ਼ਾਰ 'ਚ ਮਿਲਦਾ ਫਿਰ ਦੱਸਦਾ ਆ ਜਾਓ ਮੇਰੇ ਨਾਲ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਸੋਨੇ ਲਈ ਆ ਪਰ ਸੋਨੇ ਤੋਂ ਸਸਤੀ ਹੈ ਸਹੀ ਜਵਾਬ ਮੈਂ ਐਪੀਸੋਡ ਦੇ ਅਖੀਰ 'ਚ ਦੇਣਾ ਤੁਸੀਂ ਸਾਡਾ ਸ਼ੋਅ ਦੇਖਣਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਦੱਸੋ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸਿਰਫ ਜਾਪਾਨ 'ਚ ਪੈਦਾ ਹੁੰਦੀ ਆ ਪੂਰੀ ਦੁਨੀਆ 'ਚ ਹੋਰ ਕਿਤੇ ਨਹੀਂ ਪੈਦਾ ਹੋ ਸਕਦੀ ਕੋਈ ਪਤਾ ਨਹੀਂ ਕੋਈ ਲਾਓ ਤੁੱਕਾ ਤੱਕਾ ਲਾਓ ਸ਼ਾਇਦ ਪਤਾ ਹੋਵੇ ਨੋ ਨਾ ਚਲੋ ਕੋਈ ਨਹੀਂ ਹੈਗੀ ਹੈ ਇੱਕ ਚੀਜ਼ ਪਰ ਹੈ ਚੀਜ਼ ਬਾਲੀ ਘੈਂਟ ਆ ਉਹ ਸੌਖਾ ਜਿਹਾ ਸਵਾਲ ਹੈ ਆ ਜਾਓ ਫਿਰ ਅੱਗੇ ਪੁੱਛੀਏ ਆਪਾਂ ਕਿ ਛੋਟੇ ਜਿਹੇ ਸਵਾਲ ਦਾ ਜਵਾਬ ਦੇ ਦਿਓ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਹੈ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਆ ਪਤਾ ਨਹੀਂ ਜੀ ਸੌਰੀ ਦੇਖਿਆ ਔਖਾ ਸਵਾਲ ਪੁੱਛਿਆ ਇੱਕ ਗੱਲ ਇੱਦਾਂ ਦੀ ਹੈ ਛੋਟਾ ਜਿਹਾ ਸਵਾਲ ਪੁੱਛਣਾ ਮੈਂ ਕਿਹਾ ਸ਼ਾਇਦ ਤੁਹਾਨੂੰ ਪਤਾ ਹੋਵੇ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸੋਨੇ ਲਈ ਹੈ ਪਰ ਸੋਨੇ ਤੋਂ ਸਸਤੀ ਆ
ਗਿਲਟੀ ਹੋ ਸਕਦਾ ਜੀ ਹਾਂਜੀ ਗਿਲਟੀ ਹੋ ਸਕਦਾ ਕੀ ਹੋ ਸਕਦਾ ਗਿਲਟ ਗਿਲਟ ਹੋਰ ਉਹ ਸਾਰਿਆਂ ਨਾਲੋਂ ਸਸਤਾ ਹੈ ਉਹ ਕੀ ਹੁੰਦਾ ਗਿਲਟ ਦਾ ਹੁੰਦਾ ਸੋਨੇ ਵਰਗਾ ਸੋਨੇ ਵਰਗਾ ਹੁੰਦਾ ਗਿਲਟ ਪਰ ਨਹੀਂ ਉਹ ਚੀਜ਼ ਸੋਨੇ ਦੀ ਆ ਪਰ ਸੋਨੇ ਤੋਂ ਸਸਤੀ ਹੈ ਇਹ ਨਹੀਂ ਪਤਾ ਜੀ ਇਹਦੇ ਬਾਰੇ ਚ ਨਹੀਂ ਪਤਾ ਓਏ ਹੋਏ 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 ਇਹ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਮੈਂ ਅੱਗੇ ਪੁੱਛਦਾ ਹਾਂਜੀ ਕੀ ਹਾਲ ਹੈ ਬੜੀਆ 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 ਕਿਤਨੇ ਵੇਚ ਦਈਏ ਵੇਚੀ ਦੇ ਦੋ ਚਾਰ ਵੇਚ ਦੀਆਂ ਹੈ ਚਲੋ ਠੀਕ ਹੈ ਇੱਕ ਮੈਂ ਸਵਾਲ ਪੁੱਛਣਾ ਹੈ ਮੈਨੇ ਦੇਖਤੇ ਉਸਕਾ ਜਵਾਬ ਤੇਰੇ ਕੋ ਆਤਾ ਹੈ ਕਿ ਨਹੀਂ ਅਗਰ ਜਵਾਬ ਨਹੀਂ ਆਇਆ ਤੋ ਤੇਰੀ ਟੱਲੀ ਔਰ ਤੇਰੇ ਇਹ ਸਾਰੇ ਮੇਰੇ ਠੀਕ ਹੈ ਅੱਛਾ ਸਵਾਲ ਇਹ ਹੈ ਕਿ ਐਸੀ ਕੌਨ ਸੀ ਚੀਜ਼ ਹੈ ਜੋ ਸਿਰਫ ਜਪਾਨ ਮੇਂ ਪੈਦਾ ਹੋਤੀ ਹੈ ਦੁਨੀਆ ਮੇਂ ਕਹੀਂ ਪੈਦਾ ਨਹੀਂ ਹੋ ਸਕਦੀ ਉਹ ਤੋ ਮੇਰੇ ਕੋ ਨਹੀਂ ਪਤਾ ਨਹੀਂ ਪਤਾ ਇਹ ਲੈ ਪਕੜ ਮਾਈਕ ਪਕੜ ਟੱਲੀ ਮੇਰੇ ਕੋ ਪਕੜਾ ਦੇ ਇਹ ਵੀ ਮੇਰੇ ਕੋ ਪਕੜਾ ਦੇ ਲਓ ਜੀ ਆਪਾਂ ਚੱਲੇ ਹਾਂ ਇੱਧਰ ਮਾਈਕ ਕਰ ਦੇ ਤੂੰ ਹੁਣ ਸਾਰਾ ਸ਼ੋਅ ਕਰਨਾ ਮੈਂ ਤੇਰੇ ਜੱਤੀਆਂ ਘਾਹ ਵੇਚ ਕੇ ਆਉਂਦਾ ਠੀਕ ਹੈ ਆ ਜਾਓ ਬਈ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਨੂੰ ਮੈਂ ਬਾਈਕਾਂ ਦੇ ਨਾਲ ਨਾਲ ਆਪਣੇ ਸਵਾਲ 'ਚ ਵੀ ਫਸਾ ਲੈਣਾ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਆ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਆ ਕਾਗਜ਼ 'ਤੇ ਪੈੱਨ ਨਹੀਂ ਹੁੰਦਾ ਹੋਰ ਕੀ ਹੋਊਗਾ ਨਹੀਂ ਨਹੀਂ ਇੱਕ ਚੀਜ਼ ਹੋਰ ਹੈਗੀ ਆ ਥੋੜ੍ਹਾ ਲਾਓ ਦਿਮਾਗ 'ਤੇ ਜ਼ੋਰ ਪਾਓ ਇੰਨਾ ਦਿਮਾਗ ਹੋਵੇ ਫਿਰ ਸਾਈਕਲਾਂ ਕੰਮ ਕਰਨ ਨੂੰ ਕਰੀਏ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਆ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਆ ਇਹੀ ਤਾਂ ਯਾਰ ਕੀ ਕਹਿ ਸਕਦਾ ਇਹ ਨਹੀਂ ਪਤਾ ਅੱਖਾਂ ਸਵਾਲ ਪੁੱਛ ਲਿਆ ਚੱਲ ਕੋਈ ਗੱਲ ਨਹੀਂ ਉਹ ਹੁੰਦਾ ਹੀ ਇੱਦਾਂ ਦਾ ਮਤਲਬ ਮੇਰੇ ਜਿਹੜੇ ਸਵਾਲ ਹੁੰਦੇ ਆ ਮੈਂ ਕੋਈ ਸੌਖੇ ਨਹੀਂ ਪੁੱਛਦਾ ਟੇਢੇ ਹੁੰਦੇ ਸਵਾਲ ਪਰ ਜਵਾਬ ਬੜੇ ਸੌਖੇ ਹੁੰਦੇ ਆ ਥੋੜ੍ਹੇ ਦਿਮਾਗ 'ਤੇ ਜ਼ੋਰ ਪਾਉਣਾ ਪੈਂਦਾ ਹਾਂਜੀ ਕੀ ਹਾਲ ਚਾਲ ਨੇ ਇਹੋ ਜੀ ਕਿਹੜੀ ਡਰੈਸ ਹੈ ਜਿਹੜੀ ਆਪਾਂ ਕਦੀ ਪਾ ਨਹੀਂ ਸਕਦੇ ਬਸ ਮੈਂ ਹੁਣ ਕੀ ਦੱਸਾਂ ਕੈਪਰੀ ਕੁਪਰੀ ਨਹੀਂ ਪਾ ਸਕਦੇ ਬਸ ਕੈਪਰੀ ਕੁਪਰੀ ਨਹੀਂ ਪਾ ਸਕਦੇ ਕੀ ਗੱਲ ਉਹਦੇ ਵਿੱਚ ਦੀ ਲੱਤਾਂ ਨਹੀਂ ਲੰਘਦੀਆਂ ਲੱਤਾਂ ਤਾਂ ਕਾਹਨੂੰ ਬਸ ਬਾਣੀਆਂ ਜਿਹੜੇ ਕੰਬਣੇ ਤਾਂ ਨਹੀਂ 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 ਇਹ ਵੈਸੇ ਇਹ ਤਾਂ ਹੁਣ ਤੁਸੀਂ ਨਹੀਂ ਨਾ ਪਾ ਸਕਦੇ ਬਾਕੀ ਤਾਂ ਦੁਨੀਆ ਪਾ ਸਕਦੀ ਹੈ ਇੱਕ ਇਹੋ ਜਿਹੀ ਡਰੈਸ ਹੈ ਜਿਹੜੀ ਦੁਨੀਆ 'ਚ ਕੋਈ ਵੀ ਬੰਦਾ ਨਹੀਂ ਪਾ ਸਕਦਾ ਆਪਾਂ ਤਾਂ ਜੀ ਦੇਖੋ ਜੱਟ ਭਾਈ ਹੈ ਜੀ ਕੁੜਤੇ ਪਜਾਮੇ ਵਾਲੀਆਂ ਜੀ ਕੁੜਤੇ ਪਜਾਮੇ ਵਧੀਆ ਲੱਗਦੇ ਨੇ ਅੱਛਾ ਲੈ ਵੀ ਜੱਟ ਭਾਈ ਹੈ ਅਤੇ ਕੁੜਤੇ ਪਜਾਮੇ ਵਾਲਾ ਵੀਰੇ ਮਿਲ ਕੇ ਬੜਾ ਚੰਗਾ ਲੱਗਿਆ ਇਹਦਾ ਜਿਹੜਾ ਸਹੀ ਜਵਾਬ ਹੈ ਨਾ ਇਹ ਮੈਂ ਹੁਣੇ ਨਹੀਂ ਦੱਸਣਾ ਮੈਂ ਐਪੀਸੋਡ ਦੇ ਅਖੀਰ 'ਚ ਦੱਸਣਾ ਕੋਈ ਕਰਨਾ ਕੁਛ ਨਹੀਂ ਯਾਰ ਸਾਡਾ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਐਪੀਸੋਡ ਦੇਖਣਾ ਟਰੈਵਲ ਮਸਤੀ ਤੁਹਾਨੂੰ ਜਵਾਬ ਮਿਲ ਜਾਣਾ ਠੀਕ ਹੈ ਜੀ ਕਰੋ ਫਿਰ ਸ਼ੋਪਿੰਗ ਆ ਮਤਲਬ ਥਾਣ ਦੀ ਤੈਅ ਮੈਂ ਲਵਾ ਦਿੰਦਾ ਇੱਕ ਮਿੰਟ ਥਾਣ ਰੱਖ ਲਓ ਮੈਂ ਸਾਰੀਆਂ ਤੈਹਾਂ ਲਵਾ ਕੇ ਜਾਊਂਗਾ ਮੇਰੇ ਸਵਾਲ ਦਾ ਜਵਾਬ ਦੇ ਦਿਓ ਇੱਕ ਬੜਾ ਸੌਖਾ ਜਿਹਾ ਸਵਾਲ ਹੈ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਹੈ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਹੈਗਾ ਕਿਹੜੀ ਚੀਜ਼ ਹੈ ਜਿਹੜੀ ਲਿਖਣ ਦੇ ਪੜ੍ਹਨ ਦੇ ਸੋਚ ਲਓ ਸ਼ਾਇਦ ਪਤਾ ਹੋਵੇ ਨਹੀਂ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਦੁਕਾਨ ਦੇ ਵਿੱਚ ਪੂਰਾ ਹੱਥ ਦਾ ਰਸ਼ ਹੈ ਆਪਾਂ ਮੈਨੂੰ ਲੱਗਦਾ ਇੱਥੋਂ ਕੋਈ ਨਾ ਕੋਈ ਜਵਾਬ ਤਾਂ ਆਪਾਂ ਨੂੰ ਮਿਲ ਹੀ ਜਾਣਾ ਆ ਜਾਓ ਅੱਗੇ ਪੁੱਛਦੇ ਹਾਂ ਆਪਾਂ ਸਵਾਲ ਕੀ ਹਾਲ ਚਾਲ ਨੇ ਵੀਰ ਜੀ ਸਬਜ਼ੀ ਥੋੜ੍ਹੇ ਥੱਲੇ ਆ ਜਾਓ ਮੇਰੀ ਬਾਂਹ ਥੱਕ ਜਾਣੀ ਐਡਾ ਉੱਚਾ ਸਵਾਲ ਪੁੱਛਦੇ ਹਾਂ ਨੂੰ ਹਾਂਜੀ ਹਾਂ ਕਿਹੋ ਜੀ ਕਿਹੜੀ ਚੀਜ਼ ਹੈ ਜਿਹੜੀ ਸਿਰਫ ਜਪਾਨ 'ਚ ਪੈਦਾ ਹੁੰਦੀ ਹੈ ਅਤੇ ਦੁਨੀਆ 'ਚ ਹੋਰ ਕਿਤੇ ਨਹੀਂ ਪੈਦਾ ਹੋ ਸਕਦੀ ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ ਭਾਅ ਜੀ ਲੈ ਇੱਦਾਂ ਦੀ ਚੀਜ਼ ਹੈਗੀ ਕਰਕੇ ਮੈਂ ਸਵਾਲ ਬਣਾਇਆ ਹੈਗੀ ਹੈ ਚੀਜ਼ ਥੋੜ੍ਹਾ ਸੋਚੋ ਇਹ ਕਹੋ ਵੀ ਮੈਨੂੰ ਨਹੀਂ ਪਤਾ ਇਹੋ ਜੀ ਕਿਹੜੀ ਚੀਜ਼ ਹੈ ਐਂ ਲਾ ਲਓ ਐਂ ਲਾ ਲਓ ਇਹੋ ਜੀ ਅੰਕਲ ਜੀ ਕਿਹੜੀ ਚੀਜ਼ ਹੈ ਜਿਹੜੀ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਹੈ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਹੈਗਾ ਲਿਖਣ ਅਤੇ ਪੜ੍ਹਨ ਦੇ ਕੰਮ ਆਉਂਦੀ ਪਰ ਉਹ ਕਾਗਜ਼ 'ਤੇ ਪੈੱਨ ਨਹੀਂ ਹੈਗਾ ਸਮਝ ਤੋਂ ਬਾਹਰ ਹੈ ਤੁਹਾਡੀ ਸਮਝ ਤੋਂ ਬਾਹਰ ਹੈ ਚਲ ਕੋਈ ਗੱਲ ਨਹੀਂ ਮੈਂ ਦੱਸਾਂਗਾ ਕੋਈ ਗੱਲ ਨਹੀਂ ਬੜਾ ਸੌਖਾ ਜਿਹਾ ਸਵਾਲ ਹੈ ਬੜਾ ਸੌਖਾ ਜਿਹਾ ਜਵਾਬ ਹੈ ਹਾਂਜੀ ਵੀਰੇ ਕੀ ਹਾਲ ਚਾਲ ਨੇ ਠੀਕ ਹੈ ਜੀ ਹੋਰ ਜੀ ਟੋਰਾਂ ਟੋਰਾਂ ਬੜੀਆਂ ਕੱਢੀਆਂ ਨੇ ਕੀ ਗੱਲ ਅੱਜ ਗੇੜੀ 'ਤੇ ਕਿ ਸ਼ੋਪਿੰਗ 'ਤੇ ਨਾ ਸ਼ੋਪਿੰਗ ਮੇਰੇ ਕਾਲਜ 'ਚੋਂ ਆਏ ਅੱਛਾ ਕਾਲਜ ਤੋਂ ਆਏ ਹਾਂ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਸਿਰਫ ਜਪਾਨ 'ਚ ਪੈਦਾ ਹੁੰਦੀ ਹੈ ਦੁਨੀਆ 'ਚ ਹੋਰ ਕਿਤੇ ਨਹੀਂ ਪੈਦਾ ਹੋ ਸਕਦੀ ਇਹਦਾ ਨਹੀਂ ਪਤਾ ਜੀ ਲੈ ਬਾਈ ਲੈ ਬਈ ਮੈਂ ਹੋਰ ਕਿ 17 ਦਾ ਪਹਾੜਾ ਸੁਣ ਲਵਾਂ ਕੁਛ ਵੀ ਨਾ ਸੁਣਾਂ ਪੌਂਦਲੇ ਫਿਰਦੇ ਹਾਂ ਚਲੋ ਕੋਈ ਗੱਲ ਨਹੀਂ ਵੀਰੇ ਇੰਜੋਏ ਕਰੋ ਤੁਸੀਂ ਮੈਂ ਦੱਸਾਂਗਾ ਐਪੀਸੋਡ ਦੇ ਐਂਡ 'ਚ ਇਹਦਾ ਕੀ ਜਵਾਬ ਹੈ ਹੋਏ 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 ਲੈ ਵੀ ਸੰਗਰੂਰ ਦਾ ਬਾਜ਼ਾਰ ਹੀ ਐਡਾ ਵੱਡਾ ਕਿ ਘੁੰਮਦੇ ਘੁੰਮਦੇ ਇੰਨਾ ਵਕਤ ਹੋ ਗਿਆ ਕਿ ਮੈਂ ਤੁਹਾਨੂੰ ਕੀ ਦੱਸਾਂ ਇੱਧਰ ਤਾਂ ਵਕਤ ਹੀ ਰੁਕਿਆ ਪਿਆ ਪਰ ਐਪੀਸੋਡ ਵਾਲਾ ਵਕਤ ਕਿੱਥੇ ਰੁਕਦਾ ਇਹ ਤਾਂ ਭੱਜਿਆ ਜਾ ਰਿਹਾ ਚਲੋ ਐਪੀਸੋਡ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਅੱਜ ਦਾ ਸਾਡਾ ਫਨੀ ਮੂਮੈਂਟ ਆਫ ਦਾ ਡੇ ਕਿਹੜਾ ਸੀ ਪਤਾ ਕਿਹੜਾ ਸੀ ਆਹ ਵਾਲਾ ਸੀ ਤੂੰ ਹੁਣ ਸਾਰਾ ਸ਼ੋਅ ਕਰਨਾ ਮੈਂ ਤੇਰੇ ਜੱਤੀਆਂ ਘਾਹ ਵੇਚ ਕੇ ਆਉਂਦਾ ਠੀਕ ਹੈ ਅੱਜ ਦੇ ਐਪੀਸੋਡ ਦੇ ਵਿੱਚ ਯਾਰ ਮੈਂ ਬੜੇ ਖਤਰਨਾਕ ਜਿਹੇ ਸਵਾਲ ਪੁੱਛੇ ਕਈਆਂ ਨੂੰ ਜਵਾਬ ਆਏ ਵੀ ਕਈਆਂ ਨੇ ਤੁੱਕੇ ਵੀ ਬੜੇ ਵਧੀਆ ਮਾਰੇ ਅਤੇ ਕਈਆਂ ਨੇ ਪਤਾ ਨਹੀਂ ਕੀ ਕੁਛ ਕਹੀ ਗਏ ਪਰ ਮੈਂ ਜਿਹੜਾ ਪਹਿਲਾ ਸਵਾਲ ਪੁੱਛਿਆ ਸੀ ਕਿ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਸਿਰਫ ਜਪਾਨ 'ਚ ਪੈਦਾ ਹੁੰਦੀ ਹੈ ਪੂਰੀ ਦੁਨੀਆ 'ਚ ਹੋਰ ਕਿਤੇ ਨਹੀਂ ਪੈਦਾ ਹੋ ਸਕਦੀ ਉਹਦਾ ਸਹੀ ਜਵਾਬ ਪਤਾ ਕਿਹਨੇ ਦਿੱਤਾ ਇਹਨਾਂ ਨੇ
लो जी आ बई हूँ आप टक्कर पैने मैं लगता कि तो कलासा कलूसा ला के आए हैं इन्हों की आप जरा नॉलेज चेक करते हैं। अच्छा फिर यह दसो कि यहोजी कि चीज़ आ जी सिर्फ जापान च ही पैदा हो सकती है होर कि नहीं पैदा हो सकती दुनिया जापान च शायद जापानी जापानी केवल जापान च ही पैदा हो सकती अपना ना की है गुरप्रीत सिंह गुरप्रीत सिंह ध्यान ना देख लो इस बंद गुरप्रीत सिंह पूरे संगरूर च ये बंद ने सही जवाब देता वो भरावा जापानी हों जो सिर्फ जापान च पैदा हो सकता लोग पता नहीं की तुके लाई जाते लो जी भाजी उन्होंने साढ़े चैनल वालों चढ़ती कला टाइम टीवी वालों मिलता है जी बहुत सारा प्यार चलो शाबाश। दूजा सवाल मैं पूछा सी वे यहो जी कि चीज़ है जी सोने लिए है पर सोने तो सस्ती है लोगों के तुके भी अजीब ही कोई कहता चांदी कोई कहता कुछ पर सही जवाब महाराज आ वाला सी सत श्रीकाल वीरे आज एक छोटा जिहा सवाल पूछना दे मैं लगता बाई नूं जवाब पता ही होना है सवाल ही बड़ा सौखा है सवाल यह है कि यह जी कि चीज़ है जी सोने लिए वरती जाती है पर सोने तो सस्ती है सराहना वीरे सराहना यार मैं पूरे बाजार च पुछ पुछ थक गया कोई बंदा कहता जी चांदी कोई कुछ कहता कोई कुछ कहता आ ये सही जवाब नाम की है वीरे अपना दीप वीरे हाँ जी दीप हीरो दीप अगे हीरो दीप हीरो वाह यार नाम भी बाई का बड़ा वधिया उधरों कैमरे च देखो दीप हीरो साहब ने बिल्कुल सही जवाब दिता महाराज सराहना जोड़ा सोने लिए वरत्या जाता तो सोने तो सस्ता हों ठीक है जी बाई मिलता जी साढ़े चैनल वालों बहुत सारा प्यार ठीक है जी। मैं तीजा सवाल पूछा सी भी यहो जी कि ड्रैस आ जी असं कभी नहीं पा सकते वह भी सौखा ही सगा जान तक कोई कहता कैपरी एक तो कहता भाई कफन पर सही जवाब आ वाला सगा। अच्छा चलो ये दसो कि यहोजी कि ड्रैस है जी आप कभी पा नहीं सकते एड्रैस वह एड्रैस हो गई जी फिर एड्रैस तो नहीं हुई एड्रैस नहीं एड्रैस हुई है वह नहीं पा सकते। मैं महाराज पूरे संगरूर च पूछया कोई कहता कैपरी नहीं पा सकते कोई कहता बुलानी चीज नहीं पा सकते एक ने तो जवाब ही पुठा देता कहता कफन नहीं पा सकते आप लै दसो हद करती आए बिल्कुल सही जवाब महाराज एड्रैस तुम्हें कि समझाया मेरे सवालों के पुठे पुठे जवाब होंगे तुम क्यों नहीं दिमाग से जोर पाते अपना नाम क्या वीरे अपना नाम सागर लिदना जी बड़ा सोच के दसिया नहीं आप नहीं रखे नहीं नहीं आपने आप रखे तो आप ही है दरअसल ये भी झूठ है आप बंदा ना ही नहीं रखता करते रखते नाम ठीक है जी ना मेरा भी चैनल है छोटे भी वीडियो देखता मैं। अच्छा जी हाँ मेरा भी राणो कौर नाम से चैनल है राणो कौर अच्छा राणो कौर नाम से चैनल है कमेडी वगैरह वीडियो बनाने क्या बात है भाजी उन्हें कमेडी वीडियो बनाते। चौथा सवाल जो मैं पूछा सगा वो मैं लगता मैं थोड़ा जहा औखा पूछ बैठा वह जवाब ही नहीं किसी को आया वो सवाल सगा कि यह जी कि चीज़ है जी लिखण के पढ़ने के काम आती है पर कागज़ से पेन नहीं है वह सही जवाब सगा चश्मा लिखण के पढ़ने के काम आता है कमाल करते हो यार सौखा जहा सवाल सी तो सौखा जहा जवाब सी चलो कोई गल नहीं क्यों जी है कि नहीं फिर अज्जे सवाल पूरे इंट्रस्टिंग तो जो तुम भी चाहते हो कि तुम सवाल भेजो तो मैं अपने शो के भी भेजो ये सवाल पूछा तो तुम्हें करना कुछ नहीं है www.timetv.news के उत्ते अपने सवाल भेज दौ तो जोड़े घेंट सवाल हो गए वो मैं अपने एपीसोड पूछ लेने अज के इस एपीसोड जोड़े मैं सवाल पूछे वो सानू जे बंद ने भेजे से उन्होंने नाम है जी सुबेक सिंह भोगल जलंधर तो प्रियंशु सोलंकी जम्मू तो नरेश जी दिल्ली तो सीमा जी लुधियाना तो जहाँ के सवाल को असी बेस्ट सवाल कहते हैं मतलब जो सवाल का जवाब ही नहीं सानू मिले वो सवाल सगा जी कि यहोजी कि चीज़ है जी लिखन के पढ़ने के काम आती है पर कागज़ से पेन नहीं है ये सवाल सानू भेजा सी सुबेक सिंह भोगल उन्होंने तो सुबेक सिंह भोगल उन्होंने मिलता है साढ़े चैनल वालों एक गिफ्ट एम्पर जोड़ा कि उन्होंने एड्रैस के उत्ते उन्होंने भेज दिता जाएगा। सो तुम भी जे सा शो देखना चाहते हो ऑनलाइन तो करना कुछ नहीं है जी यूट्यूब फेसबुक से इंस्टाग्राम से जाके चढ़ती कला टाइम टीवी प्राइम नू सबसक्राइब करो तो साढ़े शो नू देखो तो वो तो वो लाइक करो तो नाले साढ़े व्यू बधाओ ठीक है जी। जे तुम चाहते मैं तुम्हें इदी एंटरटेन करता रहा घेंट घेंट सवाल पूछता रहा तो तुम्हें पंजाब के अलग अलग शहर घुमा रहा तुम्हें करना कुछ नहीं है चढ़ती कला टाइम टीवी से शनिवार को 3:30 बजे टीवी ऑन कर लेना है तो ट्रैवल मस्ती का सीजन 2 देखना है। अगले हफ्ते फिर आप मिलेंगे एक होर शहर के पर मैनू पता की लगता पाया ये शहर यार बड़ा व्डा तो यहाँ बाजार भी बड़ा व्डा अगला हफ्ता फिर तुम संगरूर ही ना घुमाइए क्यों हाँ देखिया सारे यही कह रहे हैं कि संगरूर ही घूमना है ठीक है फिर अगले हफ्ते संगरूर का दूजा बाजार घुमा देंगे चलिए फिर बस एक हफ्ते की वेट करो मैं गया तो आया तद तक लिए सत श्री अकाल आ जाओ मटका कुल्फी आ जाओ मटका कुल्फी आ जाओ खोया कुल्फी आ जाओ मलाई कुल्फी आ जाओ वड्डे दिल दे बंदे असी वड्डे साडे काम खुश हां रहंदे खुशियां वंडदे नाले करदे फिर दोबारा हो जावे सैम सॉन्ग करदे रहंदे फन ओए आ जाओ साडे शो ते कर लो तुसी भी फन ते मस्ती।